ਦਾ ਕੰਮ ਅਜ਼ ਕੰਮ ਹਾਜੀ ਤੇ ਕਰਬਲਾ ਵਾਲਿਆਂ ਦੀ ਯਾਦ ਤੇ ਇਤਰਾਜ਼ ਨਾ ਕਰਨਾ। ਉਹਨਾਂ ਦੇ ਜ਼ਿਹਨੀ ਸਬੂਤ ਬਣ ਗਏ ਜੇ ਮਿਨਾ ਵਾਲਿਆਂ ਦੀ ਯਾਦ ਮਨਾਉਣਾ ਇਸਲਾਮੀ ਜਾਇਜ਼ ਹੈ ਤੇ ਫਿਰ ਕਰਬਲਾ ਵਾਲਿਆਂ ਦੀ ਯਾਦ ਮਨਾਉਣਾ ਵੀ ਇਸਲਾਮੀ ਜਾਇਜ਼ ਹੈ। ਮਿਨਾ ਵਾਲਿਆਂ ਦੀ ਅਸੀਂ ਮਿਲਤਾਂ, ਕਰਬਲਾ ਵਾਲਿਆਂ ਦੀ ਅਸੀਂ ਉਮਤ। ਨਬੀ 1.25 ਲੱਖ ਨੇ, ਇਮਾਨ ਸਾਰਿਆਂ ਤੇ, ਤਲਕ ਸਿਰਫ ਦੋ ਨਬੀਆਂ ਨਾਲ, ਇੱਕ ਮਿਨਾ ਲੇ ਇੱਕ ਕਰਬਲਾ ਲੇ। ਰਬਤ ਮੇਰਾ ਤੁਹਾਡਾ ਫੈਸਲਾ ਜ਼ਿਆਦਾ ਜ਼ਾਕਰੀ ਹਵਾਲੇ ਨਾਲ ਮੈਂ ਸਮਝਦਾ, ਲੇਕਿਨ ਕੋਸ਼ਿਸ਼ ਤੁਸੀਂ ਕਰਨੀ ਮੈਂ ਜ਼ਿਆਦਾ ਦੇਰ ਤੁਹਾਨੂੰ ਜ਼ਹਿਮਤ ਨਾ ਦੇ ਸਕਾਂ। ਦੋ ਨਬੀਆਂ ਨਾਲ ਸਾਡਾ ਤਲਕ ਹੈ, ਲੈਣ ਦੇਣ ਨੇ, ਬਾਕੀਆਂ ਨਾਲ ਸਿਰਫ ਇਮਾਨ। ਨਬੀ 1.25 ਲੱਖ ਨੇ, ਸਾਡੇ ਫਿਰਕੇ ਜੁਦਾ ਜੁਦਾ, ਸੁੰਨੀ ਏ, ਸ਼ੀਆ ਏ, ਵਹਾਬੀ, ਦਿਓਬੰਦੀ, ਬਰੇਲਵੀ, ਸਾਡੇ ਫਰੂਆਤ ਜੁਦਾ ਜੁਦਾ। ਰੋਜ਼ਾ ਰੱਖਣ ਦਾ ਟਾਈਮ ਇੱਕ ਨਹੀਂ, ਖੋਲ੍ਹਣ ਦਾ ਇੱਕ ਨਹੀਂ, ਨਮਾਜ਼ ਦੇ ਡਿਜ਼ਾਈਨ ਇੱਕ ਨਹੀਂ, ਜੁਦਾ ਜੁਦਾ ਨੇ, ਹੁਲੀਏ ਇੱਕ ਜੈਸੇ ਨਹੀਂ, ਜੁਦਾ ਜੁਦਾ ਨੇ, ਹੱਥ ਬੰਨਣ ਦੇ ਅੰਦਾਜ਼ ਜੁਦਾ ਜੁਦਾ, ਲਿਬਾਸ ਜੁਦਾ ਜੁਦਾ ਨੇ, ਦਾੜੀਆਂ ਜੁਦਾ ਜੁਦਾ ਨੇ। ਇਹ ਬਾਕੀ ਕੰਮਾਂ ਹੀ ਤਾਂ ਅਸੀਂ ਇੱਕ ਦੂਸਰੇ ਨਾਲ ਸਿੱਧ ਕਰਕੇ ਇੱਕ ਦੂਜੇ ਤੋਂ ਅਸੀਂ ਆਪਣੇ ਆਪ ਨੂੰ ਮੁਮਤਾਜ਼ ਕਰ ਰਹੇ ਹਾਂ। ਸਵਾਲ ਹੈ ਮੇਰਾ, 73 ਫਿਰਕੇ ਨਮਾਜ਼ ਵਿੱਚ ਇਖਤਲਾਫ ਕਰਦੇ ਹੋ, 73 ਫਿਰਕਾ ਦਰੂਦ ਵਿੱਚ ਇਖਤਲਾਫ ਕਿਉਂ ਨਹੀਂ ਕਰਦੇ? ਨਬੀ 1.25 ਲੱਖ ਨੇ, ਅਹਿਲੇ ਸੁਨਨ ਸਾਹਿਬਾਨ ਬੈਠੇ ਨੇ, ਜ਼ਿਆਦਾ ਤਵੱਜੋ, ਆਵਾਜ਼ ਉਹਨਾਂ ਤੱਕ ਪਹੁੰਚੇ, ਖੁਦਾ ਦੇ ਜੁਮਲੇ ਤੇ ਤਵੱਜੋ। ਮਜਲਿਸ ਹੁਸੈਨ ਦਾ ਮਕਸਦ ਦਿਲ ਦੁਖਾਉਣਾ ਨਹੀਂ, ਹੱਕ ਪਹੁੰਚਾਉਣਾ। ਬਰਸਰੇ ਮਿੰਬਰ ਚੌਕ ਵਿੱਚ ਇਤਨੇ ਬੰਦਿਆਂ ਦੇ ਸਾਹਮਣੇ ਮਿੰਬਰ ਤੇ ਮੈਂ ਡੰਕੇ ਦੀ ਚੋੜ ਤੇ ਬਾਤ ਕਰਨਾ ਚਾਹੁੰਦਾ। ਨਬੀ 1.25 ਲੱਖ ਨੇ, 73 ਫਿਰਕਾ ਸਲਾਹ ਕਰਕੇ ਦਰੂਦ ਸਿਰਫ ਦੋ ਨਬੀਆਂ ਤੇ ਕਿਉਂ ਪੜ੍ਹਦੇ ਹੋ? ਕਿਉਂ ਦੋ ਨਬੀਆਂ ਤੇ ਦਰੂਦ? ਅੱਛਾ, ਦਰੂਦ ਜਿੱਥੇ ਨਮਾਜ਼ ਵਿੱਚ ਪੜ੍ਹਿਆ ਜਾ ਰਿਹਾ ਹੈ, ਉਸ ਹਾਲਤ ਨੂੰ ਫਿਕਹ ਜਾਫਰੀਆ ਚ ਤਸ਼ਦਦ ਆਖਦੇ ਨੇ, ਫਿਕਹ ਹਨਫੀਆ ਚ ਅਤਹਿਆਤ ਆਖਦੇ। ਦੂਸਰੀ ਜਾਂ ਆਖਰੀ ਰਕਤ ਵਿੱਚ ਬੈਠ ਕੇ ਤਸ਼ਦਦ ਜਾਂ ਅਤਹਿਆਤ ਜਿਹੜਾ ਦਰੂਦ ਪਾਕ ਪੜ੍ਹਿਆ ਜਾ ਰਿਹਾ ਹੈ, ਇਹ ਮੁਸਤਹਬ ਨਹੀਂ, ਵਾਜਬ। ਨਮਾਜ਼ੀ ਬਗੈਰ ਦਰੂਦ ਨਮਾਜ਼ ਪੜ੍ਹੇ ਅੱਲਾ ਕਬੂਲ ਨਹੀਂ ਕਰਦਾ। ਸੁਨੀ ਭਾਈਆਂ ਵਾਸਤੇ ਮੈਂ ਇਮਾਮ ਸ਼ਾਫੀ ਦਾ ਫਤਵਾ ਸੁਣਾਉਣਾ ਚਾਹੁੰਦਾ। ਇਮਾਮ ਸ਼ਾਫੀ ਫਰਮਾ ਰਹੇ ਨੇ, ਤਫਾਕੁਮ ਮਿਨ ਅਜ਼ੀਮਿਲ ਕਦਰਿ ਅੰਨਕੁਮ ਮਨ ਲਮ ਯੁਸੱਲੀ ਅਲੈਕੁਮ ਲਾ ਸਲਾਤਾ ਲਹੂ। ਐ ਅਹਿਲੇ ਬੈਤੇ ਨਬੂਵਤ, ਕਿਆ ਇਹ ਤੁਹਾਡੀ ਸ਼ਾਨ ਅੱਲਾ ਦੇ ਨਜ਼ਦੀਕ ਥੋੜੀ ਹੈ ਜਿਹੜਾ ਨਮਾਜ਼ੀ ਦੀ, ਜਿਹੜਾ ਨਮਾਜ਼ੀ ਦੀ ਦੌਰਾਨ ਨਮਾਜ਼ ਤੁਹਾਡੀ ਜ਼ਵਾਤ ਤੇ ਮੁਕੱਦਸਾ ਤੇ ਦਰੂਦ ਨਹੀਂ ਪੜਦਾ? ਇਮਾਮ ਸ਼ਾਫੀ ਆਖ ਰਹੇ ਨੇ, ਲਾ ਸਲਾਤਾ ਲਹੂ, ਅੱਲਾ ਉਸਦੀ ਨਮਾਜ਼ ਕਬੂਲ ਹੀ ਨਹੀਂ, ਚਾਹੇ ਹੱਥ ਬੰਨ ਕੇ ਪੜਦਾ, ਚਾਹੇ ਖੋਲ ਕੇ ਪੜਦਾ, ਬਗੈਰ ਦਰੂਦ ਦੇ ਨਮਾਜ਼ ਪੜਦਾ ਹੈ, ਉਸਦੀ ਨਮਾਜ਼ ਬਾਤ ਹੈ। ਦਰੂਦ ਜਿਹੜਾ ਨਮਾਜ਼ ਹੀ ਪੜਿਆ ਜਾ ਰਿਹਾ, ਅੱਲਾਹੁਮਾ ਸੱਲੀ ਅਲਾ ਮੁਹੰਮਦ ਵਾ ਆਲ ਮੁਹੰਮਦ ਕਮਾ ਸੱਲੈਤਾ, ਬੋਲੋ ਅਲਾ ਇਬਰਾਹੀਮ ਵਾ ਆਲ ਇਬਰਾਹੀਮ ਇਨਕਾ ਹਮੀਦੁ ਮਜੀਦ। ਨਬੀ 1.25 ਲੱਖ ਨੇ, ਦਰੂਦ ਸਿਰਫ ਦੋ ਨਬੀਆਂ ਤੇ ਕਿਉਂ? ਮੇਰੇ ਅੱਲਾ, ਮੇਰੇ ਨਜ਼ਦੀਕ ਦਰੂਦ ਦਾ ਮਿਆਰ ਕੀ ਬਣਾਏ, ਕਿ ਕਸਵਟੀ ਮੇਰੇ ਕੋਲ ਕਿ ਦਰੂਦ ਸਿਰਫ ਇਹਨਾਂ ਦੋ ਨਬੀਆਂ ਤੇ ਪੜ੍ਹਨੇ, ਬਾਕੀਆਂ ਤੇ ਕਿਉਂ ਨਹੀਂ? ਅੱਲਾਹੁਮਾ ਸੱਲੀ ਅਲਾ ਮੁਹੰਮਦ ਵਾ ਆਲ ਮੁਹੰਮਦ ਕਮਾ ਸੱਲੈਤਾ ਅਲਾ ਆਦਮ ਵਾ ਆਲ ਆਦਮ ਕਿਉਂ ਨਹੀਂ? ਕਮਾ ਸੱਲੈਤਾ ਅਲਾ ਨੂਹ ਵਾ ਆਲ ਨੂਹ ਕਿਉਂ ਨਹੀਂ? ਮਾਲਕ 1.25 ਲੱਖ ਨਬੀਆਂ ਵਿੱਚ ਬਹੁਤ ਖੂਬਸੂਰਤ ਨਬੀ ਹੈ ਜਨਾਬ ਯੂਸਫ, ਯੂਸਫ ਨੂੰ ਦਰੂਦ ਸ਼ਾਮਿਲ ਕਰ ਲਵਾਂ? ਫਰਮਾਇਆ ਦਰੂਦ ਦਾ ਤਲਕ ਹੁਸਨ ਨਾਲ ਹੈ। ਮਾਲਕ, ਕਿਆ ਦਰੂਦ ਦਾ ਤਲਕ ਨਬੂਵਤ ਨਾਲ ਹੈ? ਫਰਮਾਇਆ ਸਾਰੇ ਨਬੀ। ਕਿਆ ਦਰੂਦ ਦਾ ਤਲਕ ਰਿਸਾਲਤ ਨਾਲ ਹੈ? ਫਰਮਾਇਆ ਰਸੂਲ ਦੇ 313 ਉਲੂਲ ਅਜ਼ਮ ਪੈਗੰਬਰਾਂ ਨਾਲ ਹੈ? ਫਰਮਾਇਆ 5 ਨੇ। ਮਾਲਕ, ਫਿਰ ਦਰੂਦ ਦਾ ਮਿਆਰ ਕੀ ਹੈ? ਇਸ ਨਬੀ ਤੇ ਪੜ੍ਹਾਂ, ਇਸ ਤੇ ਨਾ ਪੜ੍ਹਾਂ, ਕੀ ਵਜ੍ਹਾ ਹੈ? ਫਰਮਾਇਆ, ਮੈਂ ਸ਼ੌਰ ਦਿੱਤਾ, ਸੋਚ ਨਾ ਇਹਨਾਂ ਦੋ ਲੰਬੀਆਂ ਕੋਈ ਸਾਂਝਾ ਐਸਾ ਕੰਮ ਕੀਤਾ ਹੈ ਜਿਹੜਾ ਬਾਕੀਆਂ ਤੋਂ ਨਹੀਂ ਹੋਇਆ। ਬੋਲੋ, ਉੱਚਾ ਬੋਲੋ, ਹੈਦਰੀ ਸਾਬਤ ਹੋਇਆ ਕੋਈ ਇੱਕ ਕੰਮ ਐਸਾ ਹੈ ਜਿਹੜਾ ਸਿਰਫ ਇਹਨਾਂ ਦੋ ਲੰਬੀਆਂ ਸਾਂਝਾ ਕੀਤਾ, ਬਾਕੀਆਂ ਕਿਸੇ ਤੋਂ ਨਹੀਂ। ਔਰ ਉਸ ਕੰਮ ਦਾ ਨਾਂ ਹੈ ਕੁਰਬਾਨੀ। ਇਹੀ ਦੋ ਘਰ ਨੇ ਜਿਹਨਾਂ ਕੁਰਬਾਨੀ ਦਿੱਤੀ। ਮਾਲਕ, ਕੁਰਬਾਨੀ ਵਾਲਿਆਂ ਤੇ ਸਿਰਫ ਦਰੂਦ ਕਿਉਂ? ਫਰਮਾਇਆ, ਮੈਂ ਆਦਲ ਹਾਂ, ਮੈਂ ਕਿਸੇ ਦਾ ਰੱਖਦਾ ਕੁਝ ਨਹੀਂ। ਇਨਸਾਨ ਕੋਲ ਪੁੱਤਰ ਤੋਂ ਵੱਡੀ ਕੁਰਬਾਨੀ ਕੋਈ ਨਹੀਂ, ਮੇਰੇ ਕੋਲ ਦਰੂਦ ਤੋਂ ਵੱਡਾ ਇਨਾਮ ਹੀ ਕੋਈ ਨਹੀਂ। ਮੈਂ ਚੌਕ ਦੇ
مجلس سے میڈیا فوکس کر رہے ہیں، میری لمحہ لمحہ، میری حرکات و سکنات، میری بات ریکارڈ ہو رہی ہے، پورے محتاط اور وسوخ نال میں جملے لیا. ساڈے تے بلیم ہے جی شیعہ صحابہ کرام دے دشمن. جی کیوں دشمن نے جی؟ صحابہ کرام نال گستاخی کرتے ہیں جی. صبح دی مجلس شروع ہوئے، میں مالک دا آخری مدہ، میرے بعد مالک دے بہت بڑے مدہ نوح خان ندیم صاحب مالک، انہوں نے زندگی عزت اور بخت وچ مزید اضافہ فرمایا، شاید زیادہ تشریف فرمایا. ہوں تک کسی بندے جج کیتے سی صحابہ دی توہین کیتی ہو، فرق کی ہے؟ پھر بندے سارے تے وہم کیوں ہے؟ اسی صحابی نو بڑے تو بڑا بھی سمجھیے، اسی صحابی نو درود دے قابل نہیں سمجھ. نہیں میں واضح کرنا چاہنا جی، بس سر مولوی بلیم کرتے ہیں، مولوی سارے تے اعتراض کر کے بندے افواہ پھیلا کے دور کر دے. ساڈے نزدیک صحابہ کی، ساڈے نزدیک صحابی بڑے تو بڑا بھی ہوئے رضی اللہ ہو سکتا ہے، صلی اللہ نہیں ہو سکتا. بولو کیا ہے دشمنی ہے صحابی؟ نہیں میں لطف نہیں آئے جی، میں پھر کوشش کروں گا. دو نبی تے درود ہے، باقی کسی نبی تے درود کیوں نہیں پڑھتے؟ میرا اللہ موسیٰ ایک ایسا نبی ہے جس کو نو عہدے نے، نو ڈگریاں نے، نو منصب نے. نبی بھی ہے، رسول بھی ہے، اولوالعظم پیغمبر بھی ہے، امام بھی ہے، صاحب کتاب بھی ہے، صاحب صحیفہ بھی ہے، صاحب معجزہ بھی ہے، صاحب امت بھی ہے، موسیٰ کلیم اللہ بھی ہے. مالک اتنے عہدے والا نبی درود شامل کر لوا، فرمایا درود دا تعلق عہدے نال نہیں، درود دا تعلق قربانی نال. درود میں انہاں تے بھیجنا جڑے قربانی والے. اے میرے ہاتھ بندے نے سیدنا، اتنے بڑے مجمع کے سامنے قسم خدا دی، مولوی مسلمان نال دو نمبری کر رہے ہیں، جھوٹ بول رہے ہیں، دگا کر رہے ہیں. اے جڑا درود پڑھتا ہے اذان تو پہلے یا اذان تو بعد، الصلوۃ والسلام علیک یا رسول اللہ با علی آلے کا با اصحابے کا، بولو جی جی جی، با ازواجے کا یا حبیب اللہ. کیوں؟ یہ نبی بڑا ہے یا صحابی بڑا ہے؟ نہیں اگر میری بات جناب دے عقل نو اپیل کرے تے بولو میرے نبی دی، نبی دی عزت صحابی دی وجہ تو نہیں، صحابی دی عزت نبی دی وجہ. جیڑا اللہ سوا لکھ انبیاء معصوم وچوں سوائے دو نبیاں تے درود برداشت نہیں کرتا، مولوی تیرا بڑا حوصلہ نہیں، تو غیر معصوم صحابہ تے بھی درود پڑھی ہے، میں ازواج تے بھی درود پڑھی ہے.